हाँ जी दोस्तों, अज 3.5 मीटर जिहड़ी कि गोल दस्तार आ भरना, आपां उह बन्नांगे। जिन्हें भी वीर भरा वीडियो नूं देख रहे आ, वध तों वध शेयर जरूर कर दिओ। इक कन्नी अंदरली साइड पग दे वांगू मोड़ के इस तरीके दे नाल जिहड़ा लड़ लावांगे, ते इहदे विच पौणी वाला कोई मसला नहीं हुंदा। हल्का जिहा आपां गलाई दे विच कन्नां तों थोड़ा जिहा तुसीं देख सकदे हो उच्चा रख के, जिथे कन्न स्टार्ट हुंदे उत्थे रख के, जे तुसीं उत्तों दी कन्नां दे बन्नणा चाहुंदे हो उह वी बन्न सकदे हो। तो इस तरीके दे नाल जूड़ा आपां हल्का जिहा ढिला होना चाहीदा, तो सिंपल गलाई दे विच जिहड़े जिहड़े लड़ आ उह लाउणे आ। सो सारे वीरां नूं बेनती है वीडियो नूं शेयर जरूर कर दिओ, ते जिहड़े भी वीर नवें आए आ उह पेज नूं फॉलो जरूर कर लिओ। तो अज दी जिहड़ी वीडियो आ फुल वैल कपड़े दे विच, सब तो पहलां की करना थल्ले वाली साइड लड़ नूं बड़ा ज़्यादा चढ़ाई दे विच खोलना नहीं गा, हल्का हल्का जिहड़े लड़ आ आपां उच्चे करदे जाणा। ਜਿੰਨੀ ਕੁ ਤੁਹਾਨੂੰ ਚੜ੍ਹਾਈ ਆ ਫਰੰਟ ਤੋਂ ਚਾਹੀਦੀ ਆ, ਉਨੇ ਕੁ ਉਚਾਈ ਤੱਕ ਲੜ ਖੋਲਦੇ ਹੋਏ ਆਪਾਂ ਜਿਹੜੇ ਲੜ ਆ ਉਹ ਲਾਉਂਦੇ ਜਾਣੇ ਆ ਗੋਲ ਦਸਤਾਰ ਦੇ ਵਿੱਚ। ਅਤੇ ਜੇਕਰ ਤੁਹਾਨੂੰ ਪੱਗ ਬੰਨ੍ਹਦੇ ਟਾਈਮ ਜਾਂ ਪਰਨਾ ਬੰਨ੍ਹਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਸੇ ਟੋਪਿਕ 'ਤੇ ਜਿਹੜੀ ਵੀਡੀਓ ਉਹ ਲੈ ਕੇ ਆਵਾਂਗੇ। ਬਹੁਤ ਸਾਰੇ ਭਰਾ ਕਹਿੰਦੇ ਸੀ ਗੋਲ ਪਰਨਾ ਦਸਤਾਰ ਬੰਨ੍ਹਣ ਦੇ ਵਿੱਚ ਪ੍ਰੋਬਲਮ ਆਉਂਦੀ ਆ, ਜੂੜਾ ਤੁਸੀਂ ਹਲਕਾ ਜਿਹਾ ਢਿੱਲਾ ਬੰਨ੍ਹਣਾ, ਉਹਦੇ ਨਾਲ ਜਿਹੜੀ ਕਿ ਫਰੰਟ ਤੋਂ ਜਿਹੜਾ ਉੱਪਰ ਆ ਜੂੜਾ ਉੱਠਿਆ ਉਹ ਨਹੀਂ ਦਿਖੂਗਾ। ਜਾਂ ਫਿਰ ਮੋਨੇ ਵੀਰ ਆ ਉਹ ਵੀ ਇਸ ਤਰੀਕੇ ਨਾਲ ਗੋਲ ਪਰਨਾ ਦਸਤਾਰ ਆ ਉਹ ਬੰਨ੍ਹ ਸਕਦੇ ਆ, ਸ਼ੇਪ ਤੁਸੀਂ ਦੇਖ ਸਕਦੇ ਹੋ। ਅਤੇ ਇੱਕ ਹੋਰ ਚੀਜ਼ ਦਾ ਜਿਹੜਾ ਧਿਆਨ ਰੱਖਣਾ, ਜਿਵੇਂ ਪੂਣੀ ਆ ਕਈ ਵਾਰ ਉੱਤੇ ਥੱਲੇ ਲੜ ਹੋ ਜਾਂਦੇ ਆ, ਉਹਦੇ ਲਈ ਤੁਸੀਂ ਕੀ ਕਰਨਾ, ਦੋਵੇਂ ਲੜ ਆ ਜਿਹੜੇ ਖੁੱਲ੍ਹੇ ਪਾਸੇ ਵਾਲੇ ਉਹ ਉੱਪਰ ਕਰਕੇ ਥੱਲੇ ਬੰਦ ਪਾਸਾ ਕਰਕੇ ਹਲਕੇ ਹਲਕੇ ਬਟ ਆ ਜਿਹੜੇ ਉਹ ਪਾ ਕੇ ਇਸ ਤਰੀਕੇ ਨਾਲ ਸਿੰਪਲ ਪੋਲੇ ਹੱਥ ਦੇ ਨਾਲ ਲੜ ਲਾ ਕੇ ਬਟ ਪਾਉਣੇ ਆ। ਬਹੁਤ ਸਾਰੇ ਭਰਾ ਕਹਿੰਦੇ ਹੁੰਦੇ ਆ ਕਿ ਪੱਗ ਜਾਂ ਪਰਨਾ ਦੀ ਸ਼ੇਪ ਸਾਡੇ ਤੋਂ ਵਧੀਆ ਨਹੀਂ ਬਣਦੀ, ਉਹ ਤਾਂ ਨਹੀਂ ਬਣਦੀ ਹੁੰਦੀ ਕਿਉਂਕਿ ਆਪਾਂ ਪੋਲੇ ਹੱਥ ਦੇ ਨਾਲ ਜਦੋਂ ਤੁਸੀਂ ਲੜ ਨਹੀਂ ਲਾਉਂਗੇ ਤਾਂ ਪੱਗ ਦੀ ਸ਼ੇਪ ਓਬਵੀਅਸ ਜਿਹੜੀ ਕਿ ਵਧੀਆ ਨਹੀਂ ਬਣਨੀ। ਹਲਕੀ ਹਲਕੀ ਸ਼ੇਪ ਸੈੱਟ ਕੀਤੀ ਆਪਾਂ, ਤੁਸੀਂ ਦੇਖ ਸਕਦੇ ਹੋ ਵਧੀਆ ਜਿਉਂ ਜਿਉਂ ਪਰਨਾ ਬੰਨਿਆ ਜਾਂਦਾ ਨਾ ਇਹ, ਤਿਉਂ ਤਿਉਂ ਇਹ ਜਚਣ ਲੱਗ ਜਾਂਦਾ। ਸੋ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਸ਼ੇਪ ਇਸ ਟਾਈਮ ਬਣ ਚੁੱਕੀ ਆ। ਅਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਪਣੇ ਪੇਜ ਦੇ ਉੱਤੇ ਪਾਈਆਂ ਹੋਈਆਂ, ਕਈ ਭਰਾਵਾਂ ਨੂੰ ਪੱਗ ਦੀ ਪੂਣੀ ਦੀ ਪ੍ਰੋਬਲਮ ਆਉਂਦੀ ਆ ਜਾਂ ਫਿਰ ਹੋਰ ਕਾਫੀ ਪ੍ਰੋਬਲਮ ਆਉਂਦੀਆਂ, ਉਹ ਸਾਰੀਆਂ ਵੀਡੀਓ ਪਾਈਆਂ ਹੋਈਆਂ। ਲਾਸਟ ਲੜ ਜੇ ਤਾਂ ਤੁਹਾਡੇ ਬੈਕ ਸਾਈਡ 'ਤੇ ਚਲਾ ਜਾਂਦਾ ਤਾਂ ਬੈਕ ਸਾਈਡ 'ਤੇ ਉਹਨੂੰ ਤੁਸੀਂ ਅੰਦਰ ਦੱਬ ਸਕਦੇ ਹੋ, ਜੇ ਫਰੰਟ 'ਤੇ ਆਉਂਦਾ ਤਾਂ ਫਰੰਟ 'ਤੇ ਇੱਥੇ ਆਪਾਂ ਪੋਲਾ ਜਿਹਾ ਕਰਕੇ ਲੜ ਲਾ ਸਕਦੇ ਹਾਂ। ਸੋ ਗੋਲ ਪਰਨੇ ਦੀ ਸ਼ੇਪ ਤੁਹਾਨੂੰ ਕਿਵੇਂ ਲੱਗੀ ਇਹ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਕੀ ਜਿਹੜਾ ਭਰਮਾ ਫੇਸ ਹੁੰਦਾ ਭਰਮੇ ਚਿਹਰੇ ਦੇ ਉੱਤੇ ਥੋੜ੍ਹੀ ਜਿਹੀ ਜ਼ਿਆਦਾ ਜੱਚਦੀ ਆ, ਫਰੰਟ ਤੋਂ ਤੁਸੀਂ ਐਵੇਂ ਲੜ ਥੱਲੇ ਖਿੱਚ ਕੇ ਹਲਕਾ ਹਲਕਾ ਇਸ ਤਰੀਕੇ ਦੇ ਨਾਲ ਬਾਜ ਫੇਰ ਕੇ ਜਿਹੜੀ ਗਲਾਈ ਆ ਪ੍ਰੋਪਰ ਤੁਸੀਂ ਉਹ ਵੀ ਕਰ ਸਕਦੇ ਹੋ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਧੰਨਵਾਦ, ਸਤਿ ਸ਼੍ਰੀ ਅਕਾਲ, ਜਿਉਂਦੇ ਵੱਸਦੇ ਰਹੋ।